ਵੇਖੋ ਭਾਅ ਜੀ ਕਿੰਨਾ ਸੋਹਣਾ ਨੌਜਵਾਨ ਆ, ਅਤੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਆ। ਇਹ ਹਾਲ ਹੋਣ ਡਿਆ ਆਪਣੇ ਪੰਜਾਬ ਦਾ, ਬਹੁਤ ਮਾੜਾ ਹਾਲ ਆ ਭਾਅ ਜੀ। ਸ਼ਰੇਆਮ ਨਸ਼ਾ ਵਿਕਣ ਡਿਆ ਭਾਅ ਜੀ, ਕੋਈ ਵੇਖਣ ਵਾਲਾ ਨਹੀਂ, ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਸ਼ਰੇਆਮ ਦੇਖੋ ਬਹੁਤ ਮਾੜੇ ਹਾਲ ਆ ਪੰਜਾਬ ਦੇ ਭਾਅ ਜੀ। ਕਿੱਡਾ ਸੋਹਣਾ ਨੌਜਵਾਨ ਆ। ਵਾਹਿਗੁਰੂ ਵਾਹਿਗੁਰੂ। ਹੁਣ ਇਹਨਾਂ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ? ਦੇਖ ਲਓ ਇਸ ਨੌਜਵਾਨ ਦੇ ਕੀ ਹਾਲਾਤ ਨੇ, ਸਾਬਤ ਸੂਰਤ ਹੋ ਕੇ ਵੀ ਕਿਵੇਂ ਨਸ਼ੇ ਦੇ ਵਿੱਚ ਝੂਮ ਰਿਹਾ ਏ, ਇਸ ਨੂੰ ਆਪਣੇ ਰੂਪ ਦਾ ਵੀ ਲਿਹਾਜ਼ ਨਹੀਂ ਰਿਹਾ। ਸਿਰ 'ਤੇ ਇੰਨਾ ਸੋਹਣਾ ਪਰਨਾ ਬੰਨਿਆ ਹੋਇਆ ਏ, ਮੂੰਹ 'ਤੇ ਐਡਾ ਦਾੜਾ ਏ, ਪਰ ਇਹ ਨੌਜਵਾਨ ਸਿਰੇ ਬਾਜ਼ਾਰ ਦੇ ਵਿੱਚ ਨਸ਼ੇ ਅੰਦਰ ਘੁੰਮ ਰਿਹਾ ਏ। ਇੱਕ ਸ਼ਖਸ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ, ਜਿਸ ਕਰਕੇ ਵੀਡੀਓ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੱਕ ਪਿੰਡ ਫਤਿਹਾਬਾਦ ਦੀ ਹੈ, ਜਿੱਥੇ ਨਸ਼ੇ ਦੇ ਨਾਲ ਝੂਮ ਰਿਹਾ ਇਹ ਨੌਜਵਾਨ ਸੜਕਾਂ 'ਤੇ ਫਿਰ ਰਿਹਾ ਸੀ। ਪੰਜਾਬ ਦੇ ਵਿੱਚ ਆਏ ਦਿਨੀ ਇਸ ਤਰੀਕੇ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ, ਪਰ ਇਸ ਤਰੀਕੇ ਦੀ ਵੀਡੀਓਜ਼ ਹੈਰਾਨ ਕਰ ਦਿੰਦੀਆਂ ਨੇ, ਕਿਉਂਕਿ ਤੁਸੀਂ ਦੇਖੋ ਇਸ ਨੌਜਵਾਨ ਜਿਹੜਾ ਇਸਦਾ ਰੂਪ ਹੈ ਉਹ ਸਾਬਤ ਸੂਰਤ ਹੈ, ਯਾਨੀ ਕਿ ਦਾੜਾ ਰੱਖਿਆ ਏ, ਪਰਨਾ ਬੰਨਿਆ ਹੋਇਆ ਏ, ਕਿੱਡਾ ਸੋਹਣਾ ਚੰਗੇ ਘਰ ਦਾ ਨੌਜਵਾਨ ਲੱਗ ਰਿਹਾ ਏ, ਪਰ ਨਸ਼ੇ ਦੇ ਵਿੱਚ ਝੂਰ ਹੈ। ਇਸ ਨੂੰ ਆਲੇ ਦੁਆਲੇ ਦੀ ਕੋਈ ਸੁੱਧ ਬੁੱਧ ਨਹੀਂ ਕਿ ਇਸਦੀ ਕੋਈ ਵੀਡੀਓ ਬਣਾ ਰਿਹਾ ਏ, ਇਹ ਬਸ ਨਸ਼ੇ ਦੇ ਵਿੱਚ ਅੱਗੇ ਪਿੱਛੇ ਝੂਲ ਰਿਹਾ ਏ। ਇੰਝ ਲੱਗਦਾ ਹੈ ਕਿ ਹੁਣ ਡਿੱਗਿਆ ਅਤੇ ਹੁਣ ਡਿੱਗਿਆ। ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸਦੇ ਹੀ ਜਾ ਰਹੇ ਨੇ। ਪਤਾ ਨਹੀਂ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ, ਕਿਸੇ ਟਾਈਮ ਸੋਹਣੇ ਦੀ ਚਿੜੀ ਕਹਿਲਾਉਣ ਵਾਲਾ ਇਹ ਪੰਜਾਬ ਹੁਣ ਨਸ਼ਿਆਂ ਦੇ ਦਲਦਲ ਦੇ ਵਿੱਚ ਘਿਰਦਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੀ ਵਿਚਾਰ ਨੇ, ਕਿਵੇਂ ਨਸ਼ਾ ਬੰਦ ਹੋਵੇਗਾ ਪੰਜਾਬ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਵੇਖੋ ਭਾਅ ਜੀ ਕਿੰਨਾ ਸੋਹਣਾ ਨੌਜਵਾਨ ਆ, ਅਤੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਆ। ਇਹ ਹਾਲ ਹੋਣ ਡਿਆ ਆਪਣੇ ਪੰਜਾਬ ਦਾ, ਬਹੁਤ ਮਾੜਾ ਹਾਲ ਆ ਭਾਅ ਜੀ। ਸ਼ਰੇਆਮ ਨਸ਼ਾ ਵਿਕਣ ਡਿਆ ਭਾਅ ਜੀ, ਕੋਈ ਵੇਖਣ ਵਾਲਾ ਨਹੀਂ, ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਸ਼ਰੇਆਮ ਦੇਖੋ ਬਹੁਤ ਮਾੜੇ ਹਾਲ ਆ ਪੰਜਾਬ ਦੇ ਭਾਅ ਜੀ। ਕਿੱਡਾ ਸੋਹਣਾ ਨੌਜਵਾਨ ਆ। ਵਾਹਿਗੁਰੂ ਵਾਹਿਗੁਰੂ। ਹੁਣ ਇਹਨਾਂ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ? ਦੇਖ ਲਓ ਇਸ ਨੌਜਵਾਨ ਦੇ ਕੀ ਹਾਲਾਤ ਨੇ, ਸਾਬਤ ਸੂਰਤ ਹੋ ਕੇ ਵੀ ਕਿਵੇਂ ਨਸ਼ੇ ਦੇ ਵਿੱਚ ਝੂਮ ਰਿਹਾ ਏ, ਇਸ ਨੂੰ ਆਪਣੇ ਰੂਪ ਦਾ ਵੀ ਲਿਹਾਜ਼ ਨਹੀਂ ਰਿਹਾ। ਸਿਰ 'ਤੇ ਇੰਨਾ ਸੋਹਣਾ ਪਰਨਾ ਬੰਨਿਆ ਹੋਇਆ ਏ, ਮੂੰਹ 'ਤੇ ਐਡਾ ਦਾੜਾ ਏ, ਪਰ ਇਹ ਨੌਜਵਾਨ
ਸਰੇ ਬਾਜ਼ਾਰ ਦੇ ਵਿੱਚ ਨਸ਼ੇ ਅੰਦਰ ਘੁੰਮ ਰਿਹਾ ਹੈ। ਇੱਕ ਸ਼ਖਸ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ, ਜਿਸ ਕਰਕੇ ਵੀਡੀਓ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੱਕ ਪਿੰਡ ਫਤਿਹਾਬਾਦ ਦੀ ਹੈ, ਜਿੱਥੇ ਨਸ਼ੇ ਦੇ ਨਾਲ ਝੂਮ ਰਿਹਾ ਇਹ ਨੌਜਵਾਨ ਸੜਕਾਂ 'ਤੇ ਫਿਰ ਰਿਹਾ ਸੀ। ਪੰਜਾਬ ਦੇ ਵਿੱਚ ਆਏ ਦਿਨੀ ਇਸ ਤਰੀਕੇ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ, ਪਰ ਇਸ ਤਰੀਕੇ ਦੀ ਵੀਡੀਓਜ਼ ਹੈਰਾਨ ਕਰ ਦਿੰਦੀਆਂ ਨੇ, ਕਿਉਂਕਿ ਤੁਸੀਂ ਦੇਖੋ ਇਸ ਨੌਜਵਾਨ ਜਿਹੜਾ ਇਸਦਾ ਰੂਪ ਹੈ ਉਹ ਸਾਬਤ ਸੂਰਤ ਹੈ, ਯਾਨੀ ਕਿ ਦਾੜਾ ਰੱਖਿਆ ਏ, ਪਰਨਾ ਬੰਨਿਆ ਹੋਇਆ ਏ, ਕਿੱਡਾ ਸੋਹਣਾ ਚੰਗੇ ਘਰ ਦਾ ਨੌਜਵਾਨ ਲੱਗ ਰਿਹਾ ਏ, ਪਰ ਨਸ਼ੇ ਦੇ ਵਿੱਚ ਝੂਰ ਹੈ। ਇਸ ਨੂੰ ਆਲੇ ਦੁਆਲੇ ਦੀ ਕੋਈ ਸੁੱਧ ਬੁੱਧ ਨਹੀਂ ਕਿ ਇਸ ਦੀ ਕੋਈ ਵੀਡੀਓ ਬਣਾ ਰਿਹਾ ਏ, ਇਹ ਬਸ ਨਸ਼ੇ ਦੇ ਵਿੱਚ ਅੱਗੇ ਪਿੱਛੇ ਝੂਲ ਰਿਹਾ ਏ। ਇੰਝ ਲੱਗਦਾ ਹੈ ਕਿ ਹੁਣ ਡਿੱਗਿਆ ਅਤੇ ਹੁਣ ਡਿੱਗਿਆ। ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸਦੇ ਹੀ ਜਾ ਰਹੇ ਨੇ। ਪਤਾ ਨਹੀਂ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ, ਕਿਸੇ ਟਾਈਮ ਸੋਹਣੇ ਦੀ ਚਿੜੀ ਕਹਿਲਾਉਣ ਵਾਲਾ ਇਹ ਪੰਜਾਬ ਹੁਣ ਨਸ਼ਿਆਂ ਦੇ ਦਲਦਲ ਦੇ ਵਿੱਚ ਘਿਰਦਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੀ ਵਿਚਾਰ ਨੇ, ਕਿਵੇਂ ਨਸ਼ਾ ਬੰਦ ਹੋਵੇਗਾ ਪੰਜਾਬ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ।